ਪ੍ਰਾਚੀਨ ਸ਼ਿਵਾਲਿਆ ਸਿੱਧ ਸਮਾਧ ਬਾਬਾ ਰਾਜਗਿਰੀ ਜੀ ਮਹਾਰਾਜ ਪਿੰਡ ਹਸਨਪੁਰ ਜ਼ਿਲ੍ਹਾ ਸੰਗਰੂਰ ਵਿਖੇ ਸ੍ਰੀ ਮਹੰਤ 108 ਸਵਾਮੀ ਨਾਰਾਇਣ ਗਿਰ ਜੀ ਮਹਾਰਾਜ ਜੀ ਦੀ 37ਵੀਂ ਸਾਲਾਨਾ ਬਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਬ੍ਰਹਮਲੀਨ ਸ੍ਰੀ 108 ਸਵਾਮੀ ਬਸੰਤ ਗਿਰ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅਸਥਾਨ ਦੇ ਵਰਤਮਾਨ ਗੱਦੀ ਨਿਸ਼ੀਨ ਸਵਾਮੀ ਰਾਮਗਿਰੀ ਜੀ ਮਹਾਰਾਜ ਦੇਖ ਰੇਖ ਹੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਇਹਨਾਂ ਸਮਾਗਮਾਂ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਅਤੇ ਅਸਥਾਨ ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕੀਤਾ। ਸਮਾਗਮ ਦੇ ਪਹਿਲੇ ਦਿਨ ਵਿਸ਼ਾਲ ਸ਼ੋਭਾ ਯਾਤਰਾ ਸ਼ੁਰੂ ਕੀਤੀ ਗਈ ਜੋ ਕਿ ਨਗਰ ਦੀਆਂ ਵੱਖ ਵੱਖ ਗਲੀਆਂ ਵਿੱਚੋਂ ਦੀ ਲੰਘੀ। ਸ਼ੋਭਾ ਯਾਤਰਾ ਮੌਕੇ ਅਣਗਿਣਤ ਔਰਤਾਂ ਅਤੇ ਬੱਚੀਆਂ ਨੇ ਸਿਰ ਤੇ ਕਲਸ਼ ਰੱਖ ਕੇ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਚੋਗਣਾ ਕੀਤਾ। ਥਾਂ ਥਾਂ ਤੇ ਨਗਰ ਵੱਲੋਂ ਅਨੇਕਾਂ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ। ਸਾਰੇ ਨਗਰ ਦੀ ਪਰਿਕਰਮਾ ਕਰਦੀ ਹੋਈ ਇਹ ਵਿਸ਼ਾਲ ਸ਼ੋਭਾ ਯਾਤਰਾ ਦੇਰ ਸ਼ਾਮ ਆਪਣੇ ਅਸਥਾਨ ਤੇ ਪੁੱਜੀ।
ਸੰਗਤਾਂ ਅੰਦਰ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਸਮਾਗਮ ਦੌਰਾਨ ਜੱਗੋਪੀ ਸੰਸਕਾਰ ਹੋਇਆ, ਜਿਸ ਵਿੱਚ 6 ਬ੍ਰਾਹਮਣ ਬੱਚਿਆਂ ਨੂੰ ਜੱਗੋਪੀ ਧਾਰਨ ਕਰਵਾਏ ਗਏ। ਇਸ ਮੌਕੇ ਪੰਡਿਤ ਨਿਗਮ ਫਾਤਕਰ ਸ਼ਾਸਤਰੀ ਜੀ ਸਨਾਮ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪਰ ਜੀਵਾ ਭਗਵਾਨ ਦੇ ਨਾਮ ਦੇ ਰਸ ਨੂੰ ਵੀ ਜੀਵਾ ਹੀ ਬਰਦਾਸ਼ਤ ਕਰਦੇ। ਕੋਈ ਪੀਵੇ ਚਤੁਰ ਸੁਜਾਨ, ਕੋਈ ਪੀਵੇ ਚਤੁਰ ਸੁਜਾਨ, ਨਾਮ ਰਸ ਮੀਠਾ ਰੇ, ਨਾਮ ਰਸ ਮੀਠਾ ਰੇ। ਅੱਖਾਂ ਦੇ ਰਸਤੇ ਨਾਮ ਪੀਓ, ਕੰਨਾਂ ਦੇ ਰਸਤੇ ਨਾਮ ਪੀਓ, ਜੀਵਾ ਦੇ ਰਸਤੇ ਨਾਮ ਪੀਓ, ਤੁਸੀਂ ਨਾਮੀ ਕਹਿਲਾਓਗੇ, ਭਗਵਾਨ ਦੇ ਪਿਆਰੇ ਕਹਿਲਾਓਗੇ, ਗੁਰੂ ਦੇ ਪਿਆਰੇ। ਮੈਂ ਵਿਚਾਰ ਆਪ ਜੀ ਨੂੰ ਦੇ ਰਿਹਾ ਸੀ। ਅੰਮ੍ਰਿਤ ਵੀ ਸਮੁੰਦਰ ਦੇ ਵਿੱਚੋਂ ਪ੍ਰਗਟ ਹੋਇਆ ਸੀ। ਪਹਿਲਾਂ ਭਗਵਾਨ ਨੇ ਕਛੂਏ ਦਾ ਅਵਤਾਰ ਲਿੱਤਾ ਸੀ, ਫਿਰ ਭਗਵਾਨ ਨੇ ਧਿਆਨ ਕਰਨਾ ਅੰਮ੍ਰਿਤ ਲੈ ਕੇ ਕੌਣ ਆਏ ਤੇ ਬੋਲੀਏ ਧਨਵੰਤਰੀ ਭਗਵਾਨ ਕੀ ਜੈ। ਸਮਾਰੋਹ ਦੌਰਾਨ ਕ੍ਰਿਸ਼ਨ ਜਨਮ ਦੀਆਂ ਝਾਕੀਆਂ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਸੀ। ਸਮਾਗਮ ਦੇ ਅਖੀਰਲੇ ਦਿਨ ਵਿਸ਼ਾਲ ਹਵਨ ਜੱਗ ਹੋਇਆ, ਜਿਸ ਵਿੱਚ ਸਾਰਿਆਂ ਨੇ ਪੂਰਨ ਹੋਤੀਆਂ ਪਾ ਕੇ ਆਪਣਾ ਜੀਵਨ ਸਫਲਾ ਕੀਤਾ। ਇਸ ਮੌਕੇ ਅਰੰਭੇ ਸ਼੍ਰੀ ਮਦ ਭਾਗਵਤ ਪ੍ਰਾਣ ਸਪਤਾਹ ਯੱਗ ਦੇ ਭੋਗ ਪਾਏ ਗਏ। ਮਹੰਤ ਸ਼ਾਂਤਾਨੰਦ ਜੀ ਬੀਰੋਕੇ, ਸਵਾਮੀ ਰਾਮ ਨਾਰਾਇਣ ਗਿਰ ਜੀ ਰਾਮਪੁਰਾ ਅਤੇ ਮਹਾਮੰਡਲੇਸ਼ਵਰ ਡਾਕਟਰ ਸਵਾਮੀ ਚੰਦਰਮੁਨੀ ਜੀ ਸ਼ੇਰੋ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਆਪਣੇ ਮਾਤਾ ਪਿਤਾ ਦੇ ਚੰਗੇ ਕਰਮ ਕੀਤੇ ਹੋਏ, ਉਹਨਾਂ ਦੇ ਚੰਗੇ ਸੰਸਕਾਰ ਕੀਤੇ ਹੋਏ, ਆਪਣੇ ਬੱਚਿਆਂ ਨੂੰ ਦਿੱਤੇ ਹੋਏ ਚੰਗੇ ਸੰਸਕਾਰ, ਉਹ ਆਪ ਸਭ ਦੇ ਸਾਹਮਣੇ ਹੈ। ਕਿਉਂਕਿ ਇਸ ਪਾਸੇ ਇਸ ਸਮੇਂ ਦੇ ਅਨੁਸਾਰ ਲੱਗਣਾ ਬੜਾ ਮੁਸ਼ਕਲ ਹੁੰਦਾ ਹੈ। ਭੌਤਿਕਵਾਦ ਦਾ ਜੀਵਨ ਹੈ, ਹਰ ਇਨਸਾਨ ਦੀ ਇੱਛਾ ਕੁਛ ਹੋਰ ਹੁੰਦੀ ਹੈ, ਪਰ ਅਸੀਂ ਸਾਰੇ ਹੀ ਨਗਰ ਦਾ, ਸਾਰੀਆਂ ਹੀ ਸੰਗਤਾਂ ਦਾ, ਜਿਹੜੇ ਹੋਏ ਸੇਵਾਦਾਰਾਂ ਦਾ, ਸੇਵਕਾਂ ਦਾ,
ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਤਨ ਮਨ ਧਨ ਦੇ ਨਾਲ ਇਸ ਸਥਾਨ ਦੇ ਨਾਲ ਜੁੜ ਕੇ ਇਸ ਸਥਾਨ ਦੇ ਜੋ ਚਾਰ ਚੰਨ ਲਾਏ ਔਰ ਮਹਾਰਾਜ ਸ੍ਰੀ ਰਾਮਗਿਰ ਜੀ ਮਹਾਰਾਜ ਉਹਨਾਂ ਦਾ ਹੌਸਲਾ ਵਧਾਇਆ। ਹਰੇਕ ਪੱਖੋਂ ਜਿਹੜਾ ਪੂਰਨ ਹੈ ਉਹਨੂੰ ਸੰਤ ਕਹਿੰਦੇ, ਜਿਵੇਂ ਤੁਹਾਡੇ ਇਸ ਸਥਾਨ ਦੇ ਉੱਪਰ ਜਿੰਨੇ ਮਹਾਂਪੁਰਸ਼ ਹੋਏ ਹੈ ਸਾਰੇ ਭਜਨ ਬੰਦਗੀ ਸਿਮਰਨ ਵਾਲੇ ਹੋਏ ਹੈ, ਜਿਨ੍ਹਾਂ ਨੇ ਆਪਣੀ ਤਪੱਸਿਆ ਦੇ ਨਾਲ ਭਜਨ ਦੇ ਨਾਲ ਬੰਦਗੀ ਦਾ ਇਸ ਸਥਾਨ ਨੂੰ ਤਾਂ ਪਵਿੱਤਰ ਕੀਤੀ ਹੈ, ਇਸ ਇਲਾਕੇ ਨੂੰ ਵੀ ਅਜਿਹਾ ਬਣਾ ਦਿੱਤਾ ਕਿ ਇੱਥੇ ਆਉਣ ਵਾਲੀ ਜਿਹੜੀ ਰੂਹ ਹੈ ਜਿਹੜੀ ਆਤਮਾ ਹੈ ਉਹ ਪਵਿੱਤਰ ਅਤੇ ਬਿਲਕੁਲ ਸਾਫ਼ ਮਨ ਹੋ ਕੇ ਜਾਂਦੀ ਹੈ। ਬਿਨਾਂ ਭਾਗਾਂ ਤੋਂ ਸੰਤ ਨਹੀਂ ਮਿਲਦੇ ਅਤੇ ਸੰਤਾਂ ਦੇ ਸੰਗ ਤੋਂ ਬਿਨੋਂ ਜਿਹੜਾ ਆ ਕਲਯੁੱਗ ਹੈ, ਕਿਉਂਕਿ ਅਸੀਂ ਵੇਖਦੇ ਸਾਡੇ ਆਲੇ ਦੁਆਲੇ ਜਿਹੜਾ ਵਾਤਾਵਰਨ ਹੈ ਕਿਹੋ ਜਿਹਾ ਦੂਸ਼ਤ ਹੁੰਦਾ ਜਾ ਰਿਹਾ, ਸਾਡੇ ਸਮਾਜ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਛਿੜਨ ਲੱਗ ਪਈਆਂ ਜਿਹੜੀਆਂ ਸਾਨੂੰ ਨੇੜੇ ਤਾਂ ਹੋਣੀ ਨਹੀਂ ਦਿੰਦੀਆਂ। 24 ਘੰਟੇ ਕੋਈ ਨਾ ਕੋਈ ਇਹੋ ਜਿਹੀ ਗੱਲ ਆਉਂਦੀ ਜਿਹੜੀ ਸਾਡੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਜਾਂ ਸਾਨੂੰ ਇੱਕ ਦੂਜੇ ਤੋਂ ਦੂਰ ਕਰਨ ਦੀਆਂ ਗੱਲਾਂ ਹੋਣ। ਸੱਜਣੋ, ਇਹਨਾਂ ਤੋਂ ਬਚੋਗੇ ਕਿਵੇਂ? ਅਜਿਹੇ ਮਹਾਂਪੁਰਸ਼ਾਂ ਦੇ ਲੜ ਲੱਗ ਕੇ, ਅਜਿਹੇ ਮਹਾਂਪੁਰਸ਼ਾਂ ਦੇ ਸੰਗ ਕਰਕੇ, ਕਿਉਂਕਿ ਜਿਹੜੇ ਮਹਾਂਪੁਰਸ਼ ਹੁੰਦੇ ਆ ਉਹ ਪਰਉਪਕਾਰੀ ਹੁੰਦੇ ਆ। 24,000 ਸਵਾਸ ਹੈ ਜਿਹੜਾ ਦਿਨ ਪਰ ਰਾਤ ਦੇ ਵਿੱਚ ਅਸੀਂ ਲੈਂਦੇ ਹਾਂ ਅਤੇ ਇਹਦੇ ਵਿੱਚੋਂ ਘੱਟ ਵੀ ਲਿਆ ਜਾ ਸਕਦਾ ਜੇ ਅਸੀਂ ਜ਼ਿਆਦਾ ਜਾਗੀਏ ਅਤੇ ਘੱਟ ਖਾਈਏ ਘੱਟ ਸੋਈਏ, ਸੰਤਾਂ ਦੇ ਸੰਗ 'ਚ ਜ਼ਿਆਦਾ ਰਹੀਏ ਫਿਰ ਸਾਡਾ ਸਵਾਸ ਹੌਲੀ ਹੌਲੀ ਆਉਂਦਾ। ਜੇ ਅਸੀਂ ਕਿਸੇ ਦੀ ਗੱਲ ਧਿਆਨ ਨਾਲ ਸੁਣਦੇ ਹਾਂ ਸਾਡਾ ਸਵਾਸ ਉਦੋਂ ਵੀ ਹੌਲੀ ਹੌਲੀ ਆਉਂਦਾ, ਜੇ ਅਸੀਂ ਬੈਠੇ ਭਗਵਾਨ ਦਾ ਚਿੰਤਨ ਕਰਦੇ ਹਾਂ ਸਵਾਸ ਸਾਡਾ ਉਦੋਂ ਵੀ ਹੌਲੀ ਹੌਲੀ ਆਉਂਦਾ, ਜੇ ਅਸੀਂ ਖਾ ਕੇ ਸ਼ੂਕਰੀ ਜਾਵਾਂਗੇ ਤਾਂ ਖਰੜਖੇ ਹੋਈ ਜਾਂਦੀ ਹੈ, ਫਿਰ ਸਾਡਾ ਸਾਹ ਉਹ ਭਾਂਗਾ ਕੱਢ ਦਿੰਦਾ ਜਿਹੜਾ ਪਹਿਲਾਂ ਬਚਾਇਆ ਹੁੰਦਾ, ਉਹ ਵੀ ਨਿਕਲ ਜਾਂਦੇ ਨੇ ਜਿਹੜੇ ਬਾਕੀ ਦੇ ਬੱਚੇ ਹੁੰਦੇ ਆ। ਅਤੇ ਜੇ ਜ਼ਿਆਦਾ ਕੰਮ ਇਹ ਹੋ ਜਾਏ ਤਾਂ ਫਿਰ ਮੇਰਾ ਖਿਆਲ 24,000 ਦੀ ਬਜਾਏ 30,000 ਵੀ ਹੋ ਸਕਦਾ। ਜੇ ਸੰਤਾਂ ਦੇ ਸੰਗ 'ਚ ਰਹੀਏ ਤਾਂ 24,000 ਦੀ ਬਜਾਏ ਮੈਨੂੰ ਐ ਲੱਗਦਾ 20,000 ਨਾਲ ਵੀ ਸਰ ਸਕਦਾ, 4,000 ਸਵਾਸ ਅਸੀਂ ਬਚਾ ਸਕਦੇ ਹਾਂ ਭਜਨ ਕਰਨ ਵਾਲਿਆਂ ਦੀ, ਘੱਟ ਖਾਣ ਵਾਲਿਆਂ ਦੀ, ਘੱਟ ਸੌਣ ਵਾਲਿਆਂ ਦੀ, ਹਮੇਸ਼ਾ ਹੀ ਉਮਰ ਜ਼ਿਆਦਾ ਹੁੰਦੀ ਹੈ। ਭੋਗ ਪੈਣ ਉਪਰੰਤ ਆਰਤੀ ਵੀ ਕੀਤੀ ਗਈ ਜਿਸ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ। ਪ੍ਰਸਿੱਧ ਕਵੀਸ਼ਰ ਕੁਲਵੰਤ ਸ਼ਰਮਾ, ਪ੍ਰਵੀਨ ਸ਼ਰਮਾ ਕੱਕੜਵਾਲ ਅਤੇ ਓਮਕਾਰ ਮਾਝੀ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਰਾਜਗਿਰੀ ਜੀ ਜਦੋਂ ਸਮਾਧੀ ਲੈਂਦੇ ਸੀ ਚੇਲਾ ਮੰਗਲਗਿਰ ਜੀ ਆਚਰਨਾ ਵਿੱਚ ਬਹਿੰਦੇ ਸੀ, ਚੇਲਾ ਮੰਗਲਗਿਰ ਜੀ ਆਚਰਨਾ ਵਿੱਚ ਬਹਿੰਦੇ ਸੀ। ਨਹੀਂ ਟੁੱਟਦੀਆਂ ਤੰਦਾਂ ਗੁਰ ਚੇਲੇ ਦੇ ਪਿਆਰ ਦੀਆਂ, ਕੀ ਕਿਸੇ ਵਤਾ ਕਰੀਏ ਸਿੱਧਾਂ ਦੇ ਦਰਬਾਰ ਦੀਆਂ, ਕੀ ਕਿਸੇ ਵਤਾ ਕਰੀਏ ਸਿੱਧਾਂ ਦੇ ਦਰਬਾਰ ਦੀਆਂ। ਆਉਂਦਿਆਂ ਲਈ ਸਮਾਧੀ ਸਿੱਧਾਂ ਨੇ ਖੇਲ ਰਚਾਈ,
ਨਮੋ ਨਾਰਾਇਣ ਕਹਿੰਦੇ ਇਕੱਠੀ ਹੋਈ ਕੁੱਲ ਲਗਾਈ ਹੈ। ਨਮੋ ਨਾਰਾਇਣ ਕਹਿੰਦੇ ਇਕੱਠੀ ਹੋਈ ਕੁੱਲ ਲਗਾਈ ਹੈ। ਸਦਾ ਰਹਿਣੀਆਂ ਜਾਂਦਾ ਸਿੱਧਾ ਦੀ ਸਰਕਾਰ ਦੀਆਂ। ਜਨਮ ਜਨਮ ਦੇ ਪਾਪ ਮਿਟਾ ਕੇ, ਜਨਮ ਜਨਮ ਦੇ ਪਾਪ ਮਿਟਾ ਕੇ ਭੇਜਣਾ ਹਰ ਦੁਆਰੇ ਕਰ ਸੰਤਾਂ ਦੀ ਸੇਵਾ ਪਿਆਰੇ, ਕਰ ਸੰਤਾਂ ਦੀ ਸੇਵਾ, ਕਰ ਸੰਤਾਂ ਦੀ ਸੇਵਾ ਪਿਆਰੇ, ਕਰ ਸੰਤਾਂ ਦੀ ਸੇਵਾ। ਸੰਤ ਕਾ ਸੰਗੀ ਤਰ ਜਾਵੇ, ਸੰਤ ਸ਼ਰਨ ਜੋ ਪਰ ਜਾਵੇ, ਸੰਤ ਕਾ ਸੰਗੀ ਤਰ ਜਾਵੇ, ਸੰਤ ਸ਼ਰਨ ਜੋ ਪਰ ਜਾਵੇ। ਜਨਮ ਜਨਮ ਦੇ ਪਾਪ ਮਿਟਾ ਕੇ ਭੇਜਣਾ ਹਰ ਦੁਆਰੇ ਕਰ ਸੰਤਾਂ ਦੀ ਸੇਵਾ ਪਿਆਰੇ, ਕਰ ਸੰਤਾਂ ਦੀ ਸੇਵਾ। ਇਸ ਮੌਕੇ ਪੰਜਾਬ ਹਰਿਆਣਾ ਰਾਜਸਥਾਨ ਦੇ ਮਹਾਂਪੁਰਸ਼ਾਂ ਤੋਂ ਇਲਾਵਾ ਸਵਾਮੀ ਬਾਮਗਿਰ ਜੀ ਨਮੋਰ, ਸਵਾਮੀ ਜਗਦੀਸ਼ ਗਿਰ ਜੀ ਖੇੜੀ, ਮਹੰਤ ਤੋਸੀਦਾਸ ਜੀ ਮਹਿਲਾ ਚੌਂਕ, ਮਹੰਤ ਸ਼ਾਂਤਾਨੰਦ ਜੀ ਬੀਰੋਕੇ, ਸਵਾਮੀ ਚੰਦਰਮੁਨੀ ਜੀ ਸ਼ੇਰੋਂ, ਸਵਾਮੀ ਕਿਸ਼ਨ ਗਿਰ ਜੀ ਨਮੋਰ, ਮਹੰਤ ਬਾਲਕ ਰਾਮ ਜੀ ਬੀਰੋਕੇ, ਮਹੰਤ ਲਖਵਿੰਦਰ ਦਾਸ ਜੀ ਖੀਵਾ, ਮਹੰਤ ਰਾਮਦਾਸ ਜੀ ਨਮੋਰ, ਮਹੰਤ ਵੈਦ ਸ਼ਿਵ ਰਾਮਦਾਸ ਜੀ ਭਾਵਾ, ਮਹੰਤ ਮੱਗਰਦਾਸ ਜੀ ਖੁੱਡੀ, ਮਹੰਤ ਧਰਮਮੁਨੀ ਜੀ ਚਨੀਰ, ਮਹੰਤ ਮੱਖਣਮੁਨੀ ਜੀ ਡੁੰਮ, ਮਹੰਤ ਠਾਕੁਰਦਾਸ ਜੀ ਘਰਾਚੋਂ, ਮਹੰਤ ਗਰੀਬਦਾਸ ਜੀ ਮੰਗਵਾਲ, ਸਵਾਮੀ ਗਿਆਨਾਨੰਦ ਜੀ ਕਾਂਜਲਾ ਵੀ ਹਾਜ਼ਰ ਸਨ। ਸਟੇਜ ਨੂੰ ਸ਼੍ਰੀ ਚੰਦਰ ਸ਼ੇਖਰ ਅਤਰੇ ਸਨਾਮ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਿਆ। ਸਾਡੇ ਰਿਪੋਰਟਰ ਗੌਰਵਗੜ੍ਹ ਸ਼ਿਰਪੁਰ ਨਾਲ ਗੱਲਬਾਤ ਕਰਦਿਆਂ ਸਵਾਮੀ ਰਾਮਗਿਰੀ ਜੀ ਮਹਾਰਾਜ ਨੇ ਆਪਣੇ ਵਿਚਾਰ ਰੱਖੇ। ਇਸ ਸਮੇਂ ਉਹਨਾਂ ਦੇ ਨਾਲ ਵੀਰਗਿਰੀ, ਗਿਆਨਾਨੰਦ, ਰਾਮਾਨੰਦ, ਸ਼ਿਆਮਗਿਰੀ, ਗੋਪਾਲਾਨੰਦ ਤੇ ਸਮੂਹ ਸੇਵਕ ਵੀ ਹਾਜ਼ਰ ਸਨ। ਸ੍ਰੀ ਸਿੱਧ ਬਾਬਾ ਰਾਜਗਿਰ ਜੀ ਮਹਾਰਾਜ ਕੀ ਜੈ। ਅੱਜ ਬੜਾ ਹੀ ਖੁਸ਼ੀਆਂ ਦਾ ਦਿਨ ਹੈ। ਸ਼ਿਵ ਲੋਕ ਵਾਸੀ ਮਹੰਤ 108 ਮੇਰੇ ਗੁਰੂਦੇਵ ਸ਼ਿਵ ਸਰੂਪ ਦੁੱਧਾਧਾਰੀ ਜੀ ਮਹਾਰਾਜ, ਉਹਨਾਂ ਦੇ ਹੀ ਆਸ਼ੀਰਵਾਦ ਸਦਕਾ ਸ਼ਿਵ ਲੋਕ ਵਾਸੀ ਮੇਰੇ ਬਾਬਾ ਗੁਰੂ ਮਹੰਤ 108 ਸਵਾਮੀ ਨਾਰਾਇਣ ਗਿਰ ਜੀ ਮਹਾਰਾਜ ਜੀ ਦੀ 37ਵੀਂ ਵਰਸੀ ਦੇ ਸੰਬੰਧ ਦੇ ਵਿੱਚ ਇਹ ਸਪਤਾਹ ਯੱਗ ਆਯੋਜਨ ਹੋਏ। 7 ਤਰੀਕ ਨੂੰ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਹਦੇ ਵਿੱਚ ਦੂਰੋਂ ਦੂਰੋਂ ਮਹਾਂਪੁਰਸ਼ ਆਏ। ਔਰ ਅੱਜ 14 ਤਰੀਕ ਨੂੰ ਬੜੇ ਬੜੇ ਮਹਾਂਪੁਰਸ਼ ਦੂਰੋਂ ਦੂਰੋਂ ਆ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਬਹੁਤ ਵਿਸ਼ਾਲ ਯੱਗ ਹਵਨ ਯੱਗ ਹੋਏ ਔਰ ਤਕਰੀਬਨ ਹਜ਼ਾਰਾਂ ਲੋਕਾਂ ਨੇ ਇਸ ਯੱਗ ਦੇ ਵਿੱਚ ਹਿੱਸਾ ਪਾਇਆ। ਔਰ ਇਹ ਸਾਡਾ ਪ੍ਰੋਗਰਾਮ ਕਰਾਉਣ ਦਾ ਮਕਸਦ ਇਹੀ ਹੈ ਕਿ ਇਸ ਪ੍ਰੋਗਰਾਮ ਦੇ ਰਾਹੀਂ ਮੈਂ ਸਾਰੇ ਸਮਾਜ ਨੂੰ ਏਕਤਾ ਭਾਈਚਾਰਾ ਦਾ ਸੰਦੇਸ਼ ਦੇਣਾ ਚਾਹੁੰਦਾ। ਸਾਰੇ ਹੀ ਜੋ ਦੂਰੋਂ ਦੂਰੋਂ ਮਹਾਂਪੁਰਸ਼ ਆਏ ਨੇ, ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਆਸ਼ੀਰਵਾਦ ਦਿੱਤਾ ਹੈ, ਮੈਂ ਆਪਦੇ ਵੱਲੋਂ ਅਤੇ ਨਗਰ ਪੰਚਾਇਤ ਵੱਲੋਂ ਅਤੇ ਸਾਡੇ ਸਿੱਧ ਬਾਬਾ ਰਾਜਗਿਰ ਸੇਵਾ ਦਲ ਕੰਨਿਓ ਬਹੁਤ ਬਹੁਤ ਸਵਾਗਤ ਕਰਦਾ ਔਰ ਸਭ ਨੂੰ ਬਹੁਤ ਬਹੁਤ ਆਸ਼ੀਰਵਾਦ ਸਾਰੀਆਂ ਸੰਗਤਾਂ ਨੂੰ। ਔਰ ਮੈਂ ਇਸ
ਚੈਨਲ ਦੇ ਰਾਹੀਂ ਇਹ ਸੰਦੇਸ਼ ਦੇਣਾ ਚਾਹੂੰਗਾ ਸਮਾਜ ਨੂੰ ਕਿ ਭਾਈ ਜੋ ਸਾਡੇ ਸਮਾਜ ਦੇ ਵਿੱਚ ਭਰੂਣ ਹੱਤਿਆ ਹੋ ਰਹੀ ਹੈ, ਇਸੇ ਮਹਾਂਪਾਪ ਤੋਂ ਬਚੋ ਔਰ ਮਹਾਂਪਾਪ ਤੋਂ ਬਚਦੇ ਹੋਏ ਸਿੱਧ ਮਹਾਂਪੁਰਸ਼ਾਂ ਦੇ ਸੰਤਾਂ ਦੀ ਸੰਗਤ ਦੇ ਵਿੱਚ ਬੈਠ ਕਰਕੇ ਆਪਣੇ ਮਨੁੱਖ ਜਨਮ ਨੂੰ ਸਫਲ ਬਣਾਓ। ਓਮ ਨਮੋ ਨਾਰਾਇਣ, ਓਮ ਨਮੋ। ਬੀਬੀਆਂ ਦੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ ਗਈ। ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170 36301 ਅਤੇ 98141 36301।